ਤੇ ਜਨਾਬ ਨੂੰ ਨਾਲ ਲੈ ਕੇ ਦੁਨੀਆ ਤੇ ਕਿਸੇ ਮੌਲਵੀ ਜਾਂ ਵਜ਼ੀਰ ਦੇ ਦਰਵਾਜ਼ੇ ਤੇ ਨਹੀਂ ਜਾ ਰਿਹਾ, ਬਲਕਿ ਸਾਰੇ ਰਲ ਕੇ ਉਸ ਹਸਤੀ ਕੋਲੋਂ ਈਮਾਨ ਪੁੱਛਦੇ ਐ ਜਿਹਦੇ ਉੱਤੇ ਕੁਰਾਨ ਨਾਜ਼ਲ ਹੋਇਆ। ਸਦਕੇ ਜੀ, ਮਿਹਰਬਾਨੀ ਭਈ, ਨਬੀਆਂ ਦੇ ਸੁਲਤਾਨ ਤੂੰ ਬਿਹਤਰ ਸਾਨੂੰ ਕੋਈ ਬੰਦਾ ਈਮਾਨ ਦੇ ਮੁਤਲਕ ਦੱਸ ਸਕਦਾ? ਨਹੀਂ ਨਾ ਦੱਸ ਸਕਦਾ। ਅਸੀਂ ਤੁਸੀਂ ਮਿਲ ਕੇ ਨਬੀਆਂ ਦੇ ਨਬੀ ਦੇ ਦਰਵਾਜ਼ੇ 'ਤੇ ਚਲੇ ਗਏ, ਦਖਲ ਬਾਬ ਕੀਤਾ, ਬਸ ਇੱਕ ਜੁਮਲਾ ਫਜ਼ੀਲਤ ਅਹਿਲ ਬੈਤ ਦਾ ਔਰ ਇੱਕ ਜੁਮਲਾ ਮੁਸੀਬਤ ਅਹਿਲ ਬੈਤ ਦਾ। ਔਰ ਮਿੰਬਰ ਬਿਸਮਿਲ੍ਲਾ ਮਿੰਬਰ ਸੈਯਦ ਦੇ ਹਵਾਲੇ। ਤੋ ਤੁਸੀਂ ਅਸੀਂ ਮਿਲ ਕੇ ਨਬੀਆਂ ਦੇ ਨਬੀ ਦੇ ਦਰਵਾਜ਼ੇ 'ਤੇ ਚਲੇ ਗਏ ਔਰ ਨਬੀ ਨੇ ਫਰਮਾਇਆ ਮੈਦਾਨ ਖੰਦਕ 'ਚ ਕੁੱਲ ਦਾ ਕੁੱਲ ਈਮਾਨ ਅਲੀ। ਸੁਭਾਨ, ਕੁੱਲ ਦਾ ਕੁੱਲ ਈਮਾਨ ਅਲੀ, ਕੁੱਲ ਕੁਫਰ ਦੇ ਮੁਕਾਬਲੇ ਜਾ ਰਿਹਾ। 1400 ਸਾਲ ਤੋਂ ਮਿੱਟੀਆਂ 'ਤੇ ਬਹਿ ਕੇ ਇਸ ਵਾਸਤੇ ਰੋਂਦੇ ਹੈ, ਕੁੱਲੇ ਈਮਾਨ ਅਲੀ ਦੀਆਂ ਧੀਆਂ ਜੰਗਲਾਂ 'ਚ ਰੁੱਲ ਗਈਆਂ। ਮੈਂ ਸਦਕੇ ਜਾਵਾਂ, ਮੈਂ ਕੁਰਬਾਨ ਹੋ ਜਾਵਾਂ, ਕੁੱਲੇ ਈਮਾਨ ਅਲੀ ਦੀਆਂ ਧੀਆਂ ਜੰਗਲਾਂ 'ਚ ਕੋਈ ਭੈਣ ਭੇਰਾ ਦੁਨੀਆ 'ਤੇ ਮੈਨੂੰ ਐਸਾ ਵਿਖਾਓ ਭੇਰਾ ਸਾਲ ਜਾਂ 2 ਸਾਲ ਦੇ ਬਾਅਦ ਵਤਨ 'ਤੇ ਵੱਲੇ ਅਤੇ ਆਪਣੇ ਘਰ 'ਚ ਆ ਕੇ ਪੁੱਛੇ ਇਹਨਾਂ ਮਸਤੂਰਾਂ ਵਿੱਚ ਮੇਰੀ ਭੈਣ ਕਿਹੜੀ ਹੈ? ਕੋਈ ਬੈਠੇ ਹੋ ਹਾਏ ਕਰਨ ਵਾਲੇ, ਕਾਇਨਾਤ ਆਲਮ ਵਿੱਚ ਵਾਹਿਦ ਧੀ ਅਲੀ ਦੀ ਏ, ਸ਼ਾਮ ਦੀਆਂ ਕੈਦਾਂ ਨਿਭਾ ਕੇ ਵਤਨ 'ਤੇ ਵੱਲੀ ਸੱਕਾ ਭਿਰਾ ਮੁਹੰਮਦ ਹਨਫੀਆ ਮਿਲਣ ਆਇਆ, ਆਵਾਜ਼ ਦੇ ਕੇ ਅਦੇ ਸੱਜਾਦ ਜ਼ਰਾ ਰੱਤ ਰੋਕ ਤੇ ਅੱਲਾ ਦੇ ਨਾਂ ਤੇ ਦੱਸ, ਮਿੱਟੀ ਤੇ ਬਹਿ ਕੇ ਰੋਵਣ ਵਾਲੀਆਂ ਮਸਤੂਰਾਂ ਵਿੱਚ ਮੇਰੀ ਭੈਣ ਜ਼ੈਨਬ ਕਿਹੜੀ? ਮਰਹਬਾ ਮਰਹਬਾ, ਸਦਕੇ ਸਦਕੇ, ਉਮਤ ਉਜਾੜੀ ਆ ਇੰਜੇ, ਭੈਣ ਦੇ ਬਿਲਕੁਲ ਕਰੀਬ ਆ, ਉਮਤ ਲੁੱਟਿਆ ਇਸ ਰੰਗ 'ਚ ਪਹਿਚਾਨਣ ਦੇ ਕਾਬਲ ਨਸ ਵਤਨ ਤੇ ਵੱਲੀ ਤੇ ਨਾਨੇ ਦੇ ਰੋਜ਼ੇ ਤੇ ਆਈ, ਉੱਚਾ ਵੈਣ ਕਰਕੇ ਆਦੀ, ਨਾਨਾ ਅੱਬਾਸ ਲਹਿ ਗਿਆ, ਤੇਰੀ ਉਮਤ ਮੈਨੂੰ ਇਤਨਾ ਜਗਾਇਆ, ਮੇਰੀ ਅੱਖਾਂ ਦੀ ਦੀਦ ਕਮਜ਼ੋਰ ਹੋ ਗਈ, ਕੰਬਦਾ ਹੋਇਆ ਹੱਥ ਅਲੀ ਦੀ ਧੀ ਨੇ ਮੱਥੇ 'ਤੇ ਰੱਖਿਆ। ਦੋ ਵੈਣ ਸੁਣਾਵਾਂ ਬਜ਼ੁਰਗਾਂ ਦੇ, ਕੰਬਦਾ ਹੋਇਆ ਹੱਥ ਮੱਥੇ 'ਤੇ ਰੱਖ ਕੇ ਨਾਨੇ ਦੇ ਰੋਜ਼ੇ ਦੇ ਮੂੰਹ 'ਤੇ, ਨਾਨੇ ਦੇ ਰੋਜ਼ੇ ਵਾਲੇ ਪਾਸੇ ਅਲੀ ਦੀ ਧੀ ਨੇ ਮੂੰਹ ਕੀਤਾ, ਹੱਕਲ ਮਾਰ ਕੇ ਬੀਬੀਆ ਦੀ ਏ ਨਾਨਾ ਪੁੱਤਰਾ ਮੋਈ ਦਾ ਸਲਾਮ। ਜਾਗੀ ਅੱਲਾ ਵਾਸਤੇ, ਮੈਂ ਸਦਕੇ ਆਵਾਂ, ਜਵਾਬ ਆਇਆ ਜੀ? ਜਵਾਬ ਨਹੀਂ ਆਇਆ। ਮੇਰੀ ਸੈਨ ਸਲਾਮ ਦਾ ਦੂਜਾ ਰੂਪ ਤਬਦੀਲ ਕੀਤਾ, ਹੱਕਲ ਮਾਰ ਕੇ ਬੀਬੀ ਆਦੀਏ ਨਾਨਾ
ਹੋਵੇ ਸ਼ੀਆ ਤੇ ਤੀਸਰੇ ਵੈਣ ਤੇ ਹਾਏ ਨਾ ਕਰੇ। ਇਹ ਹੋ ਨਹੀਂ ਸਕਦਾ, ਜਵਾਬ ਨਹੀਂ ਆਇਆ, ਮੇਰੀ ਸੈਨ ਸਲਾਮ ਦਾ ਤ੍ਰੀਜਾ ਰੁਖ ਤਬਦੀਲ ਕੀਤੇ, ਹੱਕਲ ਮਾਰ ਕੇ ਬੀਬੀ ਆਦੀਏ ਨਾ ਨਾ ਸ਼ਾਮ ਦੀ ਕੈ ਦਿਨ ਦਸ ਸਦਕੇ ਸਦਕੇ ਬਈ ਸਦਕੇ। ਉਹ ਮੈਂ ਕੁਰਬਾਨ ਹੋ ਜਾਵਾਂ, ਨਬੀਆਂ ਦੇ ਸੁਲਤਾਨ ਦੀ ਕਬਰ ਹੱਲੀ ਏ ਮੇਰੀ ਧੀ ਵੱਲ ਆਈ, ਹਾ ਨਾ ਨਾ ਵੱਲ ਆਈਆ, ਤੂੰ ਜਾਣਦੀ ਏ ਮੈਨੂੰ ਹੁਸੈਨ ਨਾਲ ਕਿਤਨਾ ਪਿਆਰ ਆਈ, ਮੇਰੇ ਬੱਚੜੇ ਦੀ ਕੋਈ ਨਿਸ਼ਾਨੀ ਗਿਣ ਆਈ ਆ ਕੋਈ ਨਾ। ਉਹ ਸ਼ਰੀਫ ਅਜ਼ਾਦਾਰੋ, ਮੇਰੀ ਸੈਨ ਨੇ ਚਾਦਰੀ ਚੋਂ ਭਿਰਾ ਦਾ ਖੂਨ ਆਲੂ ਦਾ ਚੋਲਾ ਸਦਕੇ ਸਦਕੇ ਭਿਰਾ ਦਾ ਖੂਨ ਆਲੂ ਦਾ ਚੋਲਾ ਕੱਢਿਆ। ਅਜਾ ਚੋਲਾ ਨਬੀ ਦੀ ਜ਼ਰੀ ਤੇ ਨਹੀਂ ਆਇਆ, ਨਬੀ ਦੀ ਜ਼ਰੀ ਏ ਰਾਤੀ ਹਲ ਗਈ ਹੈ, ਤੜਪ ਗਈ ਹੈ, ਉੱਚਾ ਵੈਣ ਕਰਕੇ ਬੀਬੀ ਆਦੀ ਏ ਇੱਕ ਚੋਲਾ ਵੇਖ ਕੇ ਬਚੜੇ ਦਾ ਤੇ ਤੇਰੀ ਕਬਰ ਹਲਾ ਵੇਖਾ ਗਈ ਚੋਲੇ ਪਾਕ ਦੀ ਸੁਰਖੀ ਨਾ ਨਾ ਤੇਰੇ ਜਿਗਰ ਤੇ ਖੰਜਾਰ ਚਲਾ ਗਈ। ਵੈਣ ਕਰਕੇ ਬੀਬੀ ਆਦੀਏ ਕੁੱਲ 70 ਕਦਮ ਦੀ ਅੱਲਾਹ ਸੱਲੇ ਅਲਾ ਮੁਹੰਮਦ ਵਾਲ